ਦੁਨੀਆ ਭਰ ਦੇ ਪੰਜਾਬੀਆਂ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਆਸਟ੍ਰੇਲੀਆ ਵਸਦੇ ਸਾਡੇ ਸਿਰਜਣਾਤਮਕ ਕਿਰਿਆਸ਼ੀਲ ਦੋਸਤ ਮਿੰਟੂ ਬਰਾੜ ਵੱਲੋਂ ਜਿਹੜਾ ਬਹੁਤ ਖੂਬਸੂਰਤ ਇੱਕ ਪੇਂਡੂ ਆਸਟ੍ਰੇਲੀਆ ਨਾਂ ਦਾ ਚੈਨਲ ਸ਼ੁਰੂ ਕੀਤਾ ਗਿਆ ਸੀ, ਉਸ ਦੀਆਂ ਕਿਸ਼ਤਾਂ 150 ਦੇ ਕਰੀਬ ਮੁਕੰਮਲ ਹੋ ਗਈਆਂ ਨੇ। ਮਿੰਟੂ ਹਿੰਮਤੀ ਨੌਜਵਾਨ ਹੈ, ਉਸ ਦੀ ਕੈਂਗਰੂ ਨਾਮਾ ਕਿਤਾਬ ਨੇ ਬੜੇ ਪੰਜਾਬ ਦੇ ਵਿੱਚ ਆਸਟ੍ਰੇਲੀਆ ਦੀ ਜ਼ਿੰਦਗੀ ਬਾਰੇ ਬਹੁਤ ਖੂਬਸੂਰਤ ਜਾਣਕਾਰੀਆਂ ਦਿੱਤੀਆਂ ਸੀ, ਔਰ ਉਸ ਤੋਂ ਬਿਨਾਂ ਉਸ ਦਾ ਜੋ ਕੁਛ ਵੀ ਵਰਤਾਰਾ ਵਿਹਾਰ ਸੁਸਾਇਟੀ ਦੇ ਵਿੱਚ ਹੈ ਉਹ ਆਪਣੇ ਆਪ ਦੇ ਵਿੱਚ ਹੀ ਇੱਕ ਜਿਉਂਦੇ ਜਾਗਦੇ ਇਨਸਾਨ ਦਾ, ਔਰ ਜਿਸ ਤਰ੍ਹਾਂ ਨਾਲ ਉਹ ਜਿਨ੍ਹਾਂ ਨੁੱਕਰਾਂ ਤੋਂ ਸਾਨੂੰ ਆਸਟ੍ਰੇਲੀਆ 'ਚ ਵਾਸਤੇ ਹਿੰਮਤੀ ਪੰਜਾਬੀਆਂ ਦੇ ਦਰਸ਼ਨ ਕਰਾਉਂਦਾ ਹੈ, ਉਹ ਆਪਣੇ ਆਪ ਦੇ 'ਚ ਹੀ ਮਿਸਾਲ ਹੈ। ਔਰ ਮੈਨੂੰ ਲੱਗਦਾ ਕਿ ਪ੍ਰਦੇਸ਼ ਤੋਂ ਦੇਸ਼ ਤੱਕ ਦੀ ਸੂਚਨਾ ਇਸ ਕਿਸਮ ਦੀ ਜੇ ਪਹਿਲਾਂ ਆਉਂਦੀ ਤਾਂ ਸ਼ਾਇਦ ਸਾਡੇ ਜਿਹੜੇ ਭਰਮ ਭੁਲੇਖੇ ਪ੍ਰਦੇਸ਼ ਬਾਰੇ ਬਣੇ ਹੋਏ ਨੇ ਉਹ ਕਾਇਮ ਨਹੀਂ ਸੀ ਹੋਣੇ, ਉਹ ਟੁੱਟ ਜਾਣੇ ਸੀ। ਪਰ ਹਿੰਮਤ ਅੱਗੇ ਲਕਸ਼ਮੀ, ਪੱਖੇ ਅੱਗੇ ਪਾਉਣ ਵਾਲੀ ਗੱਲ ਜਿਹੜੀ ਮਿੰਟੂ ਬਰਾੜ ਨੇ ਕੀਤੀ ਹੈ, ਆਪ ਸਿਰਜਣਾਤਮਕ ਕੰਮ ਕਰਕੇ ਆਪਣੇ ਬੱਚਿਆਂ ਨੂੰ ਉਸਰਾਹ ਤੋਰ ਕੇ, ਆਪਣੇ ਮਿੱਤਰ ਪਿਆਰਿਆਂ ਨੂੰ ਉਸਰਾਹ ਤੋਰ ਕੇ, ਔਰ ਅੱਜ ਜੇ ਉਸਨੇ ਆਪਣੀ ਆਜ਼ਾਦ ਹਸਤੀ ਅਸਟੈਬਲਿਸ਼ ਕੀਤੀ ਹੈ, ਸਥਾਪਿਤ ਕੀਤੀ ਹੈ, ਤਾਂ ਉਹ ਮਾਣ ਮੈਨੂੰ ਇਸ ਕਰਕੇ ਵੀ ਕਿ ਮੇਰੇ ਮਿੱਤਰਾਂ ਦੇ ਦਾਇਰੇ 'ਚ ਸ਼ਾਮਲ ਹੈ। ਸੋ ਮੈਂ ਉਸ ਦੇ 150ਵੇਂ ਇਸ ਐਪੀਸੋਡ 'ਤੇ, ਇਸ ਲੜੀ ਦੇ ਸੰਪੂਰਨਤਾ 'ਤੇ ਉਹਨੂੰ ਮੁਬਾਰਕ ਦਿੰਦਾ, ਔਰ ਨਾਲ ਦੀ ਨਾਲ ਸਮੂਹ ਪੰਜਾਬੀਆਂ ਨੂੰ ਮੁਬਾਰਕ ਦਿੰਦਾ ਜਿਨ੍ਹਾਂ ਦੀ ਹਿੰਮਤ ਦਾ ਪ੍ਰਕਾਸ਼ ਇਸ ਚੈਨਲ ਰਾਹੀਂ ਹੋਇਆ, ਔਰ ਉਹਨਾਂ ਨੇ ਸਾਨੂੰ ਉਸ ਹਿੰਮਤੀ ਪੰਜਾਬੀਆਂ ਦੀ ਜਿਹੜੀ ਅੰਦਰਲੀ ਦਿਲ ਦੀ ਬਾਤ ਹੈ ਉਹ ਸਾਡੇ ਤੱਕ ਪਹੁੰਚਾਈ। ਸੋ ਮਿੰਟੂ ਵੀਰਿਆ, ਬਹੁਤ ਬਹੁਤ ਮੁਬਾਰਕ, ਬਹੁਤ ਬਹੁਤ ਇਸ ਗੱਲ ਦੀ ਵਧਾਈ ਕਿ ਤੂੰ ਉੱਥੇ ਰਹਿ ਕੇ ਸਾਡੇ ਵਾਸਤੇ ਇੰਨੀ ਹਿੰਮਤ ਨਾਲ ਉਹ ਗਿਆਨ ਪਰੋਸਿਆ ਜਿਸ ਗਿਆਨ ਦੀ ਇਸ ਵਕਤ ਪੰਜਾਬ ਨੂੰ ਬਹੁਤ ਲੋੜ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਹਾਜ਼ਰ ਹਾਂ ਜੀ ਇੱਕ ਵਾਰ ਹੋਰ ਪਿੰਡ ਆਸਟ੍ਰੇਲੀਆ ਦਾ ਇੱਕ ਨਵਾਂ ਐਪੀਸੋਡ ਲੈ ਕੇ। ਅਕਸਰ ਅਸੀਂ ਸਾਡੇ ਸ਼ੋਆਂ ਦੇ ਵਿੱਚ ਤੁਹਾਨੂੰ ਦਿਖਾਉਂਦੇ ਰਹਿੰਦੇ ਹਾਂ ਵੀ ਅਸੀਂ ਕੀ ਪੇਠੇ ਬੀਜੇ ਆ, ਕਿਤੇ ਕੱਦੂ ਕਹਿ ਦਿੰਦੇ ਹਾਂ, ਕਿਤੇ ਬਟਰਨਟ ਕਹਿ ਦਿੰਦੇ ਹਾਂ, ਕੋਈ ਪੰਪਕਿਨ ਕਹਿ ਦਿੰਦਾ। ਸੋ ਅੱਜ ਉਹਨਾਂ ਦੀ ਸਾਡੀ ਫਸਲ ਆ ਗਈ ਹੈ, ਜ਼ਿਮੀਂਦਾਰ ਦੇ ਮੂੰਹ 'ਤੇ ਚਾਅ ਹੀ ਹੁੰਦਾ ਜਦੋਂ ਫਸਲ ਆ ਜਾਏ। ਅਤੇ ਅੱਜ ਸਾਰੇ ਮਿੱਤਰ ਪਿਆਰੇ, ਸਾਰੀ ਰੈਡਮਾਰਕ ਦੀ ਕ੍ਰਿਕਟ ਟੀਮ, ਆਪਣੇ ਦੋਸਤ ਆ, ਉਹਦੇ ਲੈ ਬਈ ਅੱਜ ਤੇਰੀ ਸਪੋਰਟ ਕਰਦੇ ਹਾਂ, ਸਾਰੇ ਜਣੇ ਆ ਗਏ ਆ ਜੀ। ਅਤੇ ਅਸੀਂ ਅੱਜ ਪਿਕਿੰਗ ਕਰਨੀ ਆ, ਮਾਰਕੀਟਿੰਗ ਹਜੇ ਅਸੀਂ ਕਰਨੀ ਨਹੀਂ ਕਿਉਂਕਿ ਭਾਅ ਘੱਟ ਆ ਇਸ ਟਾਈਮ, ਥੋੜ੍ਹਾ ਜਿਹਾ ਮਾਰਕੀਟ ਬੰਦ ਆ, ਥੋੜ੍ਹਾ ਚਿਰ ਸਟੋਰ ਕਰਾਂਗੇ ਪਿੱਛੇ ਸ਼ੈੱਡ 'ਚ, ਉਹ ਸਾਰੀ ਕਾਰਵਾਈ ਕਿਵੇਂ ਕਿਵੇਂ ਹੁੰਦੀ ਆ ਵੇਚਣ ਤੱਕ ਦਾ ਇਹ ਐਪੀਸੋਡ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਸਮੇਟਣ ਦੀ। ਸੋ ਪਹਿਲਾਂ ਫਿਲਹਾਲ ਇਹਨਾਂ ਨੂੰ ਪੇਠਿਆਂ ਨੂੰ ਕੱਟਦੇ ਹਾਂ, ਫਿਰ ਚੁਗਾਂਗੇ, ਬਿੰਨਾਂ 'ਚ ਪਾਵਾਂਗੇ, ਫਿਰ ਸ਼ੈੱਡ 'ਚ ਲਿਆਵਾਂਗੇ। ਇਹ ਸਾਰੀ ਕਾਰਵਾਈ ਅੱਜ ਤੁਹਾਨੂੰ ਨਾਲ ਨਾਲ ਦਿਖਾਉਂਦੇ ਜਾਵਾਂਗੇ। ਮੁੰਡੇ ਸੰਗਦੇ ਆ ਥੋੜ੍ਹੇ ਜਿਹੇ, ਮੈਂ ਕੋਈ ਗੱਲ ਨਹੀਂ, ਸੰਗਦੇ ਨਹੀਂ ਹੁੰਦੇ, ਚੀਜ਼ਾਂ ਦੁਨੀਆ ਤੱਕ ਪਹੁੰਚਣੀਆਂ ਚਾਹੀਦੀਆਂ ਵੀ ਕਿਵੇਂ ਮਿਹਨਤਾਂ ਹੁੰਦੀਆਂ ਅਤੇ ਕਿਵੇਂ ਅਸੀਂ ਜਿਹੜਾ ਇਸ ਵਿਦੇਸ਼ ਦੀ ਧਰਤੀ ਦੇ ਉੱਤੇ ਆਪਣੇ ਜੀਵਨ ਨੂੰ ਚੰਗਾ ਖੁਸ਼ਹਾਲ ਬਣਾਉਣ ਲਈ ਕੀ ਕੀ ਕੁਛ ਕਰਦੇ ਹਾਂ। ਸੋ ਆ ਜਾਓ, ਦਿਖਾਉਣੇ ਆ ਤੁਹਾਨੂੰ ਪੇਠਿਆਂ ਦੀ ਜਿਹੜੀ ਇਹ ਤੜਵਾਈ। ਲਓ ਜੀ, ਅੱਜ ਅਸੀਂ ਬਣੇ ਹੋਏ ਹਾਂ ਅਮਰ ਸਿੰਘ ਮਿਸਤਰੀ। ਹਾਂ ਲਓ ਜੀ, ਤੇਲ ਬਦਲ ਰਹੇ ਹਾਂ ਟਰੈਕਟਰ ਦਾ ਕਿਉਂਕਿ ਕੱਲ੍ਹ ਨੂੰ ਸੀਜ਼ਨ ਚੱਲ ਪੈਣਾ, ਪੇਠਿਆਂ ਦੀ ਪਿਕਿੰਗ ਹੋਣੀ ਆ, ਸੰਤਰਿਆਂ ਦੀ ਹੋਣੀ ਆ, ਫਿਰ ਮਗਲੈਲ ਹੋਇਆ ਪਿਆ ਸੀ, ਕਾਲਾ ਗਾੜਾ ਦੇਖੋ, ਅਤੇ ਫਿਲਟਰ ਫੁਲਟਰ ਖੋਲਤਾ, ਨਵਾਂ ਫਿਲਟਰ ਆਪਾਂ ਲਿਆਂਦਾ ਅਤੇ ਹੁਣ ਨਵਾਂ ਫਿਲਟਰ ਲਾ ਕੇ ਅਤੇ ਤੇਲ ਪਾਣੀ ਚੱਕ ਲਿਆਉਣੇ ਆ। ਆਹ ਲਿਆਂਦੇ ਪਏ ਆ ਜੀ ਡਰੰਮ ਤੇਲ ਵਾਲੇ, ਅਤੇ ਬਸ ਹੁਣੇ ਆਪਾਂ ਆ ਪਿਆ ਫਿਲਟਰ, ਅਤੇ ਬਦਲ ਦਿੰਦੇ ਹਾਂ ਹੁਣ ਆਪਾਂ, ਅਤੇ ਟਰੈਕਟਰ ਦੀ ਕਰ ਦਿੰਦੇ ਹਾਂ ਸਰਵਿਸ। ਸਰਵਿਸ ਬੁੱਕ ਆ ਵੀ ਆ ਕੋਲੇ ਮੈਨੂਅਲ, ਜੇ ਕੋਈ ਚੀਜ਼ ਨਹੀਂ ਆਉਂਦੀ ਤਾਂ ਇੱਥੋਂ ਪੜ੍ਹ ਲਈ ਜੀ। ਲਓ ਜੀ, ਪੇਠੇ ਰੈਡੀ ਹੋ ਚੁੱਕੇ ਆ ਅਤੇ ਕੱਲ੍ਹ ਨੂੰ ਪਿਕਿੰਗ ਕਰਨੀ ਹੈ ਪੇਠਿਆਂ ਦੀ, ਅਤੇ ਅੱਜ ਹੁਣ ਦਿਨ ਜਾਂ ਛਿਪਾ, ਪਰ ਮੈਂ ਬਿਨ ਆ ਜਿਹੜੇ ਉਹ ਲਿਆ ਕੇ ਰੱਖਦਾ ਨੇੜੇ ਕਿਰਾਂ, ਅਤੇ ਫਿਰ ਕੱਲ੍ਹ ਨੂੰ ਪਿਕਿੰਗ ਹੋਊਗੀ, ਅਤੇ ਨਾਲ ਨਾਲ ਤੁਹਾਨੂੰ ਜਿਹੜੀ ਜਿਹੜੀ ਪਿੰਡ ਆਸਟ੍ਰੇਲੀਆ ਜਿਹੜੀ ਸਾਨੂੰ ਬਿਮਾਰੀ ਆ ਹਰ ਚੀਜ਼ ਦਿਖਾ ਕੇ ਕਰਨ ਦੀ, ਉਹ ਅਸੀਂ ਬਾਈ ਸਾਡਾ ਕਸੂਰ ਨਹੀਂ ਕੋਈ, ਇਹ ਸਾਡਾ ਕਹਿੰਦੇ ਨਹੀਂ ਹੁੰਦੇ ਵੀ ਉਹ ਬੰਦੇ ਦੇ ਖੂਨ 'ਚ ਹੀ ਹੁੰਦੀਆਂ ਇਹ ਗੱਲਾਂ ਵੀ ਆਪ ਕੰਮ ਘੱਟ ਕਰਦਾ ਅਤੇ ਦਿਖਾਉਂਦਾ ਬੜਾ ਲੋਕਾਂ ਨੂੰ। ਸੋ ਇਹ ਮੈਂ ਦਿਖਾਏ ਬਿਨਾਂ ਸਰਦਾ ਨਹੀਂ ਹੋਣਾ। ਦੇਖੋ ਜੀ, ਮੈਂ ਬਿਨ ਲਿਆਇਆ 3 ਕਿਤਾ ਇੱਥੇ ਨੇੜੇ, ਅਤੇ ਮੈਂ ਹੁਣ ਛੇਤੀ ਹੀ ਹੋਰ ਬਿਨ ਲਿਆਊਂਗਾ। ਇਹ ਬਿਨ ਆ ਜੀ ਮੇਰੇ ਉਹੀ ਗੁਆਂਢੀਆਂ ਤੋਂ ਮੈਂ ਲੈ ਕੇ ਆਇਆ, ਇਹਨਾਂ ਕੋਲ ਫਾਲਤੂ ਪਏ ਸੀ ਜਿਹੜੇ ਵੰਡ ਛਕੋ ਵਾਲੇ ਗੁਆਂਢੀ, ਫੇਮਸ ਹੋਏ ਸੀ ਦੁਨੀਆ ਭਰ ਦੇ ਵਿੱਚ ਵੰਡ ਛਕਦੇ ਆ ਜੀ, ਅਤੇ ਮੈਂ ਅੱਜ ਬਿਨਾਂ ਬਾਰੇ ਸੋਚ ਰਿਹਾ ਸੀ ਵੀ ਮੇਰੇ ਕੋਲੋਂ ਮਿਲੇ ਨਹੀਂ ਸੀ, ਔਡਰ ਦਿੱਤੇ ਸੀ ਲੇਟ ਆਉਣਗੇ, ਇਹ ਕਹਿੰਦੇ ਗਵਾਂਢੀ ਕਾਹਦੇ ਲਈ ਹੁੰਦੇ ਆ, ਸਾਡੇ ਕੋਲ ਪਏ ਆ 20-25 ਚੱਕ ਲਿਆ, ਅਤੇ ਹੁਣ ਆਪਾਂ ਚੱਕ ਲੈਂਦੇ ਜੀ, ਸੁਬਾਹ ਫਿਰ ਪੈਕਿੰਗ ਦਿਖਾਵਾਂਗੇ ਤੁਹਾਨੂੰ ਹੁੰਦੀ। ਹਾਂ ਇਹ ਸ਼ੋਰਟਿੰਗ ਬਾਅਦ 'ਚ ਕਰਾਂਗੇ ਉੱਥੇ ਸ਼ੈੱਡ 'ਚ, ਫਿਲਹਾਲ ਤਾਂ ਤੁਹਾਨੂੰ ਦਿਖਾਉਣੇ ਆ ਕੱਟਦੇ। ਡੰਡੀ ਛੋਟੀ ਤੋਂ ਛੋਟੀ ਰੱਖਿਓ ਬਾਈ, ਕਹਿੰਦੇ ਡੈਮੇਜ ਨਾ ਹੋਵੇ।
हाँ बस हाँ जिनी घट हो जरा बजे ना एक दूजे च कच्चा स्वाद बनया अच्छा ओदो आप फिर कच्चे रख लेंगे तोड़ के चार लै जी एक हो गया जी पुराने बजुर्ग नहीं कहना एक बिन भर लिया सो बाबा बरकत करी मुंडे तोड़ तोड़ के रखी जाते जी इदा ढेरियां लाई जाते नाल नाल असीं बिन भरी जाने भाई जी इत्थे गल क्लीयर कर दी अज तरीक हैगी मेरा 2 मई तो साढ़े इतने साउथ आस्ट्रेलिया दे विच पिछले 10 दिन तो कोई आया नहीं केस पर सरकार ने जिहड़ी खेती की खुल दित्ती हुई है ताही असीं जिन्नी सोशल डिस्टेंसिंग रख सकते हैं कायम वो रखते हुए सारा काम कर रहे हैं तो हुण पेठिया ने तो नहीं ना डीकना भी ये तो गल जाएंगे पे फिर सरकार आदी भाई थोड़ी साल तो फसल आई है तोड़ लो इनू सो इस करके तोड़ रहे हैं तो वह शाम तक वो शैड तां तां ही कर देना आपां रब सुख रखे कोई नहीं लो जी इस टाइम दिन का छपा होने लग गया जी 4 बजे तड़के दे लगे हैं तो तकरीबन तोड़ सारे दिते तो चक्के 20 बिन तो पर हुण नहीं जाते चोर की लंगोटी वाला काम हो रहा हुण तो बस एवं जाते जाते 2 बिन होर रह गए भर दिए तो फिर कर दें छुट्टी अज की बाकी चकांगे सवेरे लो जी केरा इत्थे लियांदे पर बिन साडे कोल थोड़े आ सो फिर असीं हुण इत्थे स्टोर कर रहे हैं जी लो जी ये कद्दू वाले सरदार आ जी पेठे वाले कहिए कद्दू वाले कहिए थोनों ना अपने मालवाइयां दे तां कद्दू नहीं पेठे ही है ये हले जी असी 5 करोआं लेके आए हैं इतने जो सारिया आ जानिया थोड़ा इतने पता लग जाए लो जी Day 1 की तड़वाई फिनिश तो थोड़ा दिखा दें शैड के लिया के कहना रखते है सारे कुछ ऐ खुले ढेर लाते फिर इतने शॉर्टिंग होगी दो बाद इन्हें चु ग्रेडिंग होगी
ਜਿਹੜੀ ਤਿੰਨ ਕਿਸਮ ਦੇ ਲਾਰਜ ਮੀਡੀਅਮ ਅਤੇ ਸਮਾਲ, ਫਿਰ ਇਹਨਾਂ ਨੂੰ ਗੱਤੇ ਦੇ ਇੱਕ ਸਪੈਸ਼ਲ ਬਿੰਨਾਂ 'ਚ ਪਾਇਲਟਾਂ 'ਤੇ ਰੱਖ ਕੇ ਭਰਾਂਗੇ ਅਤੇ ਫਿਰ ਇਹ ਮਾਰਕੀਟ ਜਾਣ ਨੂੰ ਹੋਣਗੇ ਤਿਆਰ। ਯਾਨੀ ਕਿ ਹਜੇ ਦੋ ਹਿੱਸੇ ਟੁੱਟੇ ਆ, ਤਿੰਨ ਕਿਸੇ ਬਾਕੀ ਇੱਦਾਂ ਹੈ। ਲਓ ਜੀ, ਬਿੰਨ ਆ ਗਿਆ ਜੀ ਗੱਤੇ 'ਤੇ, ਲੱਦ ਕੇ ਲਿਆਉਂਦੇ ਆ, ਪਾਇਲਟ ਲਿਆਉਂਦੇ ਆ ਭਰ ਕੇ। ਹਾਂ, ਬਸ ਇਹਨਾਂ ਦੀ ਫਿਲਿੰਗ ਕਰਨੀ ਆ। ਟਰਾਲਾ ਭਰ ਕੇ ਲਿਆਂਦਾ ਜੀ ਗੱਤੇ ਦੇ, ਆਹ ਥੱਲੇ ਪਾਉਣ ਵਾਲੇ ਗੱਤੇ ਆ। ਮਾਸੇ ਦੇ ਜਮੇਖਾਂ ਉਹ ਨਟ ਕਰ ਦਿੰਦੇ ਹਾਂ। ਨਟ ਸਹੀ ਹੈ ਤੁਹਾਡੇ। ਲਓ ਜੀ, ਤਿੰਨ ਬਿੰਨ ਬਣ ਗਏ ਆ ਤੇ ਹੁਣ ਆਪਾਂ ਇਹਨਾਂ 'ਚ ਫਿਲ ਕਰਦੇ ਹਾਂ। ਜੋ ਕਿ ਵੀਰ ਸਿੰਘ ਵੱਲੋਂ ਲਿਖਿਆ ਤੇ ਰਣਜੀਤ ਬਾਵਾ ਵੱਲੋਂ ਗਾਇਆ ਗਿਆ ਸੀ। ਭਾਵੇਂ ਗੀਤ ਨੂੰ ਹਰ ਥਾਂ ਤੋਂ ਵਾਪਸ ਲੈ ਕੇ ਗਾਇਕ ਨੇ ਅਫਸੋਸ ਜਤਾ ਲਿਆ। ਉਸਦਾ ਮੰਨਣਾ ਹੈ ਕਿ ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਕਿਸ ਨੇ ਬਚਾਉਣਾ ਚਾਹੁੰਦਾ। ਅੱਜ ਜਦੋਂ ਇਸ ਗੱਲ ਦੀਆਂ ਖ਼ਬਰਾਂ ਬਣੀਆਂ ਤਾਂ ਮੈਂ ਆਪਣੇ ਇੱਕ ਮਿੱਤਰ ਗੁਰਪ੍ਰੀਤ ਸਿੰਘ ਗਿੱਲ ਨਾਲ ਗੱਲ ਕਰਦਾ ਕਹਿ ਦਿੱਤਾ ਕਿ ਆਹ ਜੋ ਪੰਜਾਬੀ ਲੋਕ ਗਾਇਕ ਹਨ ਇਹਨਾਂ ਨੂੰ ਲੋਕ ਗਾਇਕ ਕਹਿਣਾ ਸ਼ੁਭ ਨਹੀਂ ਦਿੰਦਾ। ਲੋਕ ਗਾਇਕ ਤਾਂ ਉਹ ਹੁੰਦੇ ਨੇ ਜੋ ਆਮ ਲੋਕਾਂ ਦੀਆਂ ਮੁਸੀਬਤਾਂ ਨੂੰ ਆਤਮਾ ਮੂਹਰੇ ਇੱਕ ਤਾਣ ਕੇ ਗਾਉਂਦੇ ਹੁੰਦੇ ਨੇ। ਉਦਾਹਰਣ ਦੇ ਤੌਰ ਤੇ ਬਹੁਤ ਸਾਰੇ ਅਫਰੀਕਨ ਗਾਇਕ ਲੋਕ ਗਾਇਕ ਕਹਾਉਣ ਦੇ ਹੱਕਦਾਰ ਹਨ। ਜੀ, ਟਿੱਕੀ ਛਿਪ ਗਈ ਆ ਅਤੇ ਉਹੀ ਗੱਲ ਚੇਤੇ ਆ ਰਹੀ ਆ ਵੀ ਹਲ ਛੱਡ ਕੇ ਚਰੀ ਨੂੰ ਜਾਣਾ ਅਤੇ ਔਖੀ ਆ ਕਵਾਈ ਜੱਟ ਦੀ। ਤੜਕੇ ਤਾਂ ਲੱਗੇ ਹੋਏ ਸੀ ਜੀ, ਅੱਜ ਪੇਠਿਆਂ ਦੀ ਸ਼ੋਟਿੰਗ ਹੋ ਰਹੀ ਸੀ ਅਤੇ ਮਾਰਕੀਟ ਲਈ ਤਿਆਰ ਹੋ ਰਹੇ ਸੀ, ਪਰ ਹੁਣ ਟਿੱਕੀ ਛਿਪਣ ਕਰਕੇ ਸਾਰੇ ਮੁੰਡੇ ਕੰਮ ਵਾਲੇ ਜਿਹੜੇ ਆਏ ਸੀ ਚਲੇ ਗਏ ਜੀ। ਅਤੇ ਹੁਣ ਤੁਸੀਂ ਦੇਖ ਲਓ, ਮੇਰੀ ਡਿਊਟੀ ਰਹਿ ਗਈ ਕੰਮ ਧੰਦਾ ਸਾਂਭਣ ਦੀ, ਅਤੇ ਜਿੰਨਾ ਕੁ ਸਾਂਭ ਸਕਿਆ ਸੀ ਸਾਂਭ ਕੇ ਟਰਾਲੀ ਜੋੜ ਲਈ ਆਪਣੀ, ਅਤੇ ਹੁਣ ਮੈਂ ਚੱਲਿਆ ਜੀ ਘਰ ਨੂੰ। ਅਤੇ ਹੁਣ ਤੁਸੀਂ ਜੇ ਤੁਹਾਨੂੰ ਘਰ ਦੱਸੂਗਾ ਮੇਰਾ ਤਾਂ ਤੁਸੀਂ ਕਈਆਂ ਨੇ ਯਕੀਨ ਨਹੀਂ ਮੰਨਣਾ, ਪਰ ਕੀ ਕਰੀਏ ਜੀ, ਆਸਟ੍ਰੇਲੀਆ ਜੇ ਰਹਿਣਾ ਤਾਂ ਜਿਹੜੀਆਂ ਦੂਰੀਆਂ ਉਹਨਾਂ ਤੋਂ ਨਹੀਂ ਡਰਿਆ ਜਾ ਸਕਦਾ। ਸੋ ਦੂਰੀਆਂ ਤੋਂ ਡਰ ਕੇ ਆਸਟ੍ਰੇਲੀਆ 'ਚ ਨਹੀਂ ਰਿਹਾ ਜਾ ਸਕਦਾ।
पहला तो अज का तुसनू कम दिखा दें, पैकिंग करती है जी गत्ते दे बिन्ना दे विच, हुण मार्केट नू जाण नू रेडी आ। ठीक है जी, ये सारे जिन्ने क बिन अज भरे गए आ, 10 क बिन भरे गए आ जी, बाकी गत्ते आए पे आ, इन्हां नू कल नू भरने आ। पर मैं हुण दस दिया जी भी टिक्की छिप गई आ, ते तकरीबन जिहड़ा टाइम सवा क पंज पंज वीह क हो गए आ मई महीने दे, ते सर्दियां आ रहीआं, ते हुण जिहड़ा चरी नू जाके कहिंदे नी हुंदे घर नू जाणा, ते घर इत्थों मेरा सिर्फ 200 किलोमीटर आ जी सुख नाल, पर ऐ भी 2 घंटे की ड्राइव आ, ते हुण सारा काम कुम नबेड़ के घर जाके आपदा खाना पानी खाने आ। सो अपनी बग्गी तैयार आ जी, जुड़ गई आ, ते फिर हुण सोमवार नूं आवांगे, 2 दिन ला के उत्थे, 2 दिन मुंडे इन्ने चिर च कम सांभ देणगे। वाहिगुरू जी का खालसा, वाहिगुरू जी की फतेह। सब तो पहला मैं मिंटू बराब ने ਵਧਾਈਆਂ ਦਿੰਦਾ, ਮੁਬਾਰਕਬਾਦ ਦਿੰਦਾ, ਧੰਨਵਾਦ ਕਰਦਾ ਜਿਨ੍ਹਾਂ ਨੇ ਵਿਦੇਸ਼ ਦੀ ਧਰਤੀ ਦੇ ਉੱਤੇ ਪੰਜਾਬ ਪੰਜਾਬੀਅਤ ਦਾ ਝੰਡਾ ਬੁਲੰਦ ਕੀਤਾ। ਇਹਨਾਂ ਨੇ ਮੇਰਾ ਇੱਕ ਗੀਤ ਸੱਚ ਕਰ ਦਿਖਲਾਇਆ। ਮੈਂ ਇੱਕ ਗੀਤ ਲਿਖਿਆ ਸੀਗਾ, ਜਿੱਥੇ ਜਾਂ ਪੰਜਾਬੀਆਂ ਨੇ ਪੈਰ ਪਾਏ ਨੇ ਝੰਡੀਆਂ ਜਹਾ ਗੱਡੀਆਂ, ਗੋਰਿਆਂ ਦੀ ਧਰਤੀ 'ਤੇ ਪਾਉਂਦੇ ਭੰਗੜਾ ਖੇਡਦੇ ਕਬੱਡੀ। ਇਹਨਾਂ ਦੇ ਮੈਂ 250 ਦੇ ਲਗਭਗ 250 ਐਪੀਸੋਡ ਸੁਣੇ ਆ। ਇਹਨਾਂ ਨੇ ਸਿਰਫ ਇਕੱਲਾ ਗਿਆਨ ਹੀ ਨਹੀਂ ਅਤੇ ਸੈਰ ਵੀ ਕਰਾਈ ਆ ਵੀ ਕਿਹੜੇ ਕਿਹੜੇ ਇਲਾਕੇ ਵਿੱਚ ਕਿਹੜੀ ਖੇਤੀ ਹੁੰਦੀ ਆ, ਕੀ ਕੁਛ ਹੁੰਦਾ, ਕਿਹੋ ਜਿਹੇ ਲੋਕ ਵੱਸਦੇ ਆ। ਇਹਨਾਂ ਨੇ ਬਹੁਤ ਵੱਡਾ ਇਹਨਾਂ ਦਾ ਉਪਰਾਲਾ ਕੀਤਾ, ਮੈਂ ਇਹਨਾਂ ਦਾ ਰਿਣੀ ਆ, ਧੰਨਵਾਦ ਕਰਦਾ। ਮੈਂ ਇਕੱਲਾ ਨਹੀਂ, ਜਦੋਂ ਪੇਂਡੂ ਆਸਟ੍ਰੇਲੀਆ ਚੱਲਦਾ ਅਤੇ ਮੇਰਾ ਆਂਢ ਗੁਆਂਢ ਦੀ ਕੋਲ ਆ ਬੈਠਦਾ, ਉਹ ਵੀ ਬਹੁਤ ਤਾਰੀਫਾਂ ਕਰਦੇ ਆ ਵੀ ਬਹੁਤ ਵਧੀਆ, ਅਸੀਂ ਸਾਰਾ ਪਰਿਵਾਰ ਇਹਨੂੰ ਇਕੱਠੇ ਬਹਿ ਕੇ ਵੇਖਦੇ ਹਾਂ ਅਤੇ ਬੜਾ ਆਨੰਦ ਆਉਂਦਾ, ਕਿਉਂਕਿ ਗਿਆਨ ਦੀਆਂ ਗੱਲਾਂ ਬਹੁਤ ਆ, ਪਤਾ ਲੱਗਦਾ ਇੱਥੇ ਬੈਠਿਆਂ ਨੂੰ ਬਈ ਆਸਟ੍ਰੇਲੀਆ ਵਿੱਚ ਕੀ ਕੁਝ ਹੋ ਰਿਹਾ, ਕਿੱਥੇ ਕਿੱਥੇ ਖੇਤੀ ਹੁੰਦੀ ਆ, ਕਾਹਦੀ ਕਾਹਦੀ ਖੇਤੀ ਹੁੰਦੀ ਆ, ਕਿਹੜੇ ਕਿਹੜੇ ਉੱਥੇ ਪਸ਼ੂ ਆ, ਕਿਵੇਂ ਆ। ਇਹਨਾਂ ਨੇ ਆਪਣੇ ਹਰਮਨ ਰੇਡੀਓ ਰਾਹੀਂ, ਅਖਬਾਰ ਪੰਜਾਬੀ ਅਖਬਾਰ ਰਾਹੀਂ ਅਤੇ ਪੇਂਡੂ ਆਸਟ੍ਰੇਲੀਆ ਰਾਹੀਂ ਜਿੰਨਾ ਗਿਆਨ ਵੰਡਿਆ, ਮੈਂ ਇਹਨਾਂ ਦਾ ਧੰਨਵਾਦ ਕਰਦਾ, ਤਹਿ ਦਿਲੋਂ ਰਿਣੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।